ਇਹ ਬਾਬਾ ਸਾਧੂ ਰਾਮਾਂ ਜਿਨ੍ਹਾਂ ਨੇ ਇਸ ਦਰਬਾਰ ਸਾਹਿਬ ਦੀ ਨੀਂਹ ਪੱਥਰ ਰੱਖੀ ਹੈ। ਅੱਛਾ ਇਸ ਹਾਂਜੀ ਠੀਕ ਹੈ। ਜਿਨ੍ਹਾਂ ਨੇ ਸਾਰੇ ਮੂਲ ਪੱਟਣੇ ਉਹ ਇਹ ਬਾਬਾ ਜੀ ਹੈ, ਬਾਬਾ ਬਸੰਤ ਸਿੰਘ। ਉਸ ਤੋਂ ਬਾਅਦ ਇਹ ਹੋਏ ਨਹੀਂ, ਆਹ ਪਹਿਲਾਂ ਹੋਏ ਜੀ। ਅੱਛਾ ਪਹਿਲਾਂ ਜਿਵੇਂ ਹੁਣ ਘੇਰੇ ਪਾਈ ਜਾਂਦੇ ਨੇ ਐਂ, ਉਦੋਂ ਆਪਣੇ ਰਵਿਦਾਸ ਜੀ ਭਾਈਚਾਰੇ ਨੂੰ, ਮਜ਼੍ਹਬੀ ਭਾਈਚਾਰੇ ਨੂੰ, ਇਹਨਾਂ ਨੂੰ ਦਰਬਾਰ ਸਾਹਿਬ 'ਚ ਉੱਥੇ ਬਣਨੇ ਸੀ ਦਿੰਦੇ। ਹਾਂਜੀ ਨਹੀਂ ਬਣ ਦਿੰਦੇ ਉਸ ਟਾਈਮ। ਇੱਥੇ ਜਗ੍ਹਾ ਕੱਢੀ ਸੀ ਇਹਨਾਂ ਨੇ ਥੋੜ੍ਹੀ ਜੀ, ਕਹਿੰਦੇ ਉਹਨਾਂ ਨੂੰ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਕੀਰਤਨ ਨਹੀਂ ਕਰ ਦਿੱਤਾ, ਉਹ ਸਾਡੇ ਕੋਲ ਛੋਟੀ ਜਿਹੀ ਕੁੱਲੀ ਆ, ਇਹਨਾਂ ਪਾਪਾ ਨਾਲ ਛੱਪਰੀ ਵੀ ਕਹਿ ਦਿੰਦੇ ਸੀ। ਉਹ ਇਹਨਾਂ ਨੇ ਦਿਖਾਈ ਬਾਬਾ ਜੀ ਨੇ ਉੱਥੇ, ਉਹ ਛੱਪਰੀ 'ਚ ਬੈਠ ਕੇ ਕੀਰਤਨ ਕੀਤਾ। ਉਹ ਛੱਪਰੀ ਵਾਲੇ ਥਾਂ 'ਤੇ ਫਿਰ ਇਹਨਾਂ ਨੇ ਨੀਂਹ ਪੱਥਰ ਰੱਖਿਆ ਇਸ ਦਰਬਾਰ ਸਾਹਿਬ। ਅੱਛਾ ਜੀ। ਇਹ 1946 ਵਿੱਚ ਫਿਰ ਇਹਨਾਂ ਨੇ ਨੀਂਹ ਪੱਥਰ ਰੱਖਿਆ। ਅੱਛਾ ਜੀ, ਅੱਛਾ ਜੀ ਠੀਕ ਆ। ਅਤੇ ਉਹ ਫੋਟੋਆਂ ਇਹਨਾਂ ਦੀਆਂ ਤਿੰਨਾਂ ਚਾਰਾਂ ਦੀਆਂ ਨੇ। ਇਹ ਬਾਬਾ ਬਸੰਤ ਸਿੰਘ ਜੀ ਆ ਗਏ ਜੀ। ਇਹ ਬਾਬਾ ਸਾਧੂ ਰਾਮ ਜੀ ਆ ਗਏ ਬੜੇ। ਬਾਬਾ ਸਾਧੂ ਰਾਮ ਜੀ ਟਿੱਬੇ ਵਾਲੇ। ਹਾਂਜੀ। 16 ਮਈ 1946 ਗੁਰੂ ਨਾਨਕ ਸਾਹਿਬ ਰਵਿਦਾਸੀਏ ਸਿੰਘਾਂ ਦਾ ਨੀਂਹ ਪੱਥਰ। ਹਾਂਜੀ। ਇਹ ਬਾਬਾ ਮੱਕਰ ਸਿੰਘ ਇਹਨਾਂ ਤੋਂ ਮਗਰੋਂ ਆਏ। ਉਸ ਤੋਂ ਬਾਅਦ ਬਾਬਾ ਮੱਕਰ ਸਿੰਘ ਜੀ। ਹਾਂਜੀ, ਇਹਨਾਂ ਤੋਂ ਮਗਰੋਂ ਬਾਬਾ ਮੱਕਰ ਸਿੰਘ ਜੀ। ਹਾਂਜੀ। ਪਿੰਡ ਭੈਣੀ ਫੱਤਾ। ਪਿੰਡ ਭੈਣੀ ਫੱਤਾ ਬਰਨਾਲਾ। ਬਰਨਾਲਾ। ਉਸ ਤੋਂ ਬਾਅਦ ਫਿਰ ਇਹਨਾਂ ਤੀਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ, ਧੰਨ ਗੁਰਦੇਵ, ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ। ਸੋ ਇਹ ਇਤਿਹਾਸ ਬਹੁਤ ਪੁਰਾਣਾ ਜੀ। ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ, ਜ਼ਿਲ੍ਹਾ ਸੰਗਰੂਰ ਵੱਡਾ ਮਸਤੂਆਣਾ, ਉੱਥੋਂ ਜਦੋਂ ਆਏ ਇੱਥੇ ਆਏ ਬਾਬਾ ਬਸੰਤ ਸਿੰਘ। ਅੱਛਾ ਜੀ। ਪਿੰਡ ਉਹਨਾਂ ਦਾ ਲਿਦੜਾ, ਜ਼ਿਲ੍ਹਾ ਸੰਗਰੂਰ 'ਚ ਜੀ। ਉਹ ਸੰਤ ਮਹਾਰਾਜ ਅਤਰ ਸਿੰਘ ਜੀ ਦੇ ਨਾਲ ਰਹੇ ਨੇ ਬਾਡੀਗਾਰਡ, ਤੇ ਉਹ ਜਦੋਂ ਚੜ੍ਹਾਈ ਕਰਕੇ ਸੰਤ ਅਤਰ ਸਿੰਘ ਮਹਾਰਾਜ, ਉਦੋਂ ਬਾਅਦ ਫਿਰ ਉਹ ਮੋਦੀ ਬਣ ਗਏ ਜੀ ਮਸਤੂਆਣੇ ਸਾਹਿਬ ਦੇ ਬਾਬਾ ਬਸੰਤ ਸਿੰਘ ਜੀ। ਜਾਤੀਵਾਦ ਦਾ ਚੱਲਦਾ ਹੀ ਪਹਿਲਾਂ ਸੀਗਾ ਮਸਲਾ। ਹਾਂਜੀ ਹਾਂਜੀ ਬਿਲਕੁਲ। ਹਾਂਜੀ, ਜਦੋਂ ਸੰਤ ਮਹਾਰਾਜ ਅਤਰ ਸਿੰਘ ਚੜ੍ਹਾਈ ਕਰਕੇ ਉਦੋਂ ਬਾਅਦ ਫਿਰ ਉੱਥੇ ਜਿਹੜੇ ਜਰਨਲ ਕੈਟਾਗਰੀ ਦੇ ਸੀਗੇ ਬੰਦੇ, ਉਹਨਾਂ ਨੇ ਨਹੀਂ ਜਰ ਸਕੇ, ਜਾਤੀ ਪਾਤੀ ਲੋਕਾਂ ਨੇ ਇਕੱਠੇ ਕਰਕੇ ਉਹਨਾਂ ਨੂੰ ਕੁੱਟਿਆ, ਕੁੱਟ ਕੇ ਬਾਹਰ ਕੱਢਤਾ। ਫਿਰ ਉਹ ਪਰਲੀ ਸਾਈਡ 'ਤੇ ਆਪਣਾ ਮਾਸਟਰਾਂ ਦਾ ਪਰਲੇ ਗੇਟ 'ਤੇ ਜਿਹੜੇ ਮਜ਼੍ਹਬੀ ਸਿੰਘ ਜਾਂ ਰਵਿਦਾਸੀਏ ਸਿੰਘ ਆਪਣੇ ਭਾਈਚਾਰਾ ਸੀਗਾ, ਉਹਨਾਂ ਨੇ ਗੇਟ ਰੋਕ ਲਿਆ ਉਹਨਾਂ ਦਾ। ਅੱਛਾ ਜੀ। ਗੇਟ ਰੋਕ ਲਿਆ ਅਤੇ ਇੱਥੇ ਸਹਿਜਾਦਪੁਰ ਰਾਜਾ, ਉਹਨਾਂ ਦੀ ਰਿਆਸਤ ਸੀਗੀ ਮਨੇਜਰ ਲਾਲ ਸਿੰਘ, ਉਹਨਾਂ ਨੇ ਮਿਲ ਕੇ ਸਿਆਣੇ ਬੰਦੇ ਨੇ ਵੀ ਇਹ ਤਾਂ ਲੜਾਈ ਦਾ ਤਾਂ ਕੰਮ ਮਾੜਾ ਹੀ ਆ, ਵੀ ਆਹ ਥਾਂ ਦੇ ਦਿੱਤੀ ਸੀ ਉਹਨਾਂ ਨੇ ਬਾਬਾ ਬਸੰਤ ਸਿੰਘ ਨੂੰ। ਅੱਛਾ, ਬਾਬਾ ਬਸੰਤ ਸਿੰਘ ਨੂੰ ਆਹ ਸਾਰੀ ਦੇਤੀ ਸੀ। ਹਾਂਜੀ। ਅਤੇ 1935 ਦੇ ਵਿੱਚ ਇੱਥੇ ਬਹਿ ਗਏ ਸੀ ਆ ਕੇ ਜੀ। ਜੀ ਹਾਂਜੀ। ਉਦੋਂ ਬਾਅਦ ਫਿਰ 1946 'ਚ ਸੰਤ ਮਹਾਰਾਜ ਸਾਧੂ ਰਾਮ ਜੀ ਟਿੱਬੇ ਵਾਲੇ, ਉਹ ਇੱਥੇ ਆ ਕੇ 1946 'ਚ ਨਿਓ ਪੱਥਰ ਰੱਖਤਾ ਜੀ। ਅੱਛਾ ਜੀ। ਗੁਰੂ ਘਰ ਦਾ। ਉਦੋਂ ਬਾਅਦ 1977 ਦੇ ਵਿੱਚ ਬਾਬਾ ਬਸੰਤ ਸਿੰਘ ਚੜ੍ਹਾਈ ਕਰ ਗਏ। ਉਦੋਂ ਬਾਅਦ ਜੀ ਫਿਰ ਬਾਬਾ ਮੱਘਰ ਸਿੰਘ ਜੀ ਭੈਣੀ ਫੱਤੇ ਤੋਂ ਉਹ ਆਏ ਜੀ, ਮੰਤ ਦੀ ਪੱਗ ਉਹਨੂੰ ਦਿੱਤੀ, ਉਹ ਚੜ੍ਹਾਈ ਕਰਕੇ ਆਏ ਲੜੀਵਾਰ ਜੀ। ਹੁਣ ਚੌਥੀ ਥਾਂ 'ਤੇ ਸਾਨੂੰ ਪੱਗ ਦਿੱਤੀ ਹੋਈ ਹੈ ਜੀ ਹੁਣ ਤੁਹਾਡੇ ਕੋਲ। ਹਾਂਜੀ, ਕਮੇਟੀ ਬਣੀ ਹੋਈ ਹੈ ਜੀ, ਅਸੀਂ ਪ੍ਰਬੰਧਕ ਕਮੇਟੀ ਬਣੀ ਹੋਈ ਹੈ, ਰਜਿਸਟਰਡ ਹੈ। ਹਾਂਜੀ, ਇਹ ਇਤਿਹਾਸ ਹੈ ਵੀ ਸ਼੍ਰੋਮਣੀ ਕਮੇਟੀ ਨੇ ਤਾਂ ਦੇਖੋ ਜਾਲੀ ਕਾਗਜ਼ ਪੱਤਰ ਕਰਕੇ ਤਿਆਰ, ਉਹ ਆਪਣੇ ਤਾਂ ਪਹਿਲੇ ਦਿਨੋਂ ਹੀ ਲੱਗਦੇ ਨੇ, ਆਹ ਹੁਣ ਤਾਂ ਜਮ੍ਹਾਂ ਉਹਨਾਂ ਦੇ ਨਾਲ ਹੋਣ ਕਰਕੇ ਉਹਨਾਂ ਨੂੰ ਐਂ ਵੀ ਇਹਨਾਂ ਨੂੰ ਕੱਢ ਦਈਏ। ਅਤੇ ਦੇਖੋ ਹੁਣ ਆਹ 12 ਤਰੀਕ ਨੂੰ ਇਹਨਾਂ ਨੇ ਕਬਜ਼ਾ ਕੀਤਾ ਸੁਬਾਹ 6 ਵਜੇ, ਰਾਤ ਹੀ ਮੰਨੋ ਸੁੱਤੇ ਹੀ ਪਏ ਹੁੰਦੇ ਬੰਦੇ ਤਕਰੀਬਨ ਤਾਂ। ਉਹ ਜਿਹੜਾ ਗੇਟ ਮੇਨ ਸੀਗਾ ਉਹਨਾਂ ਨੇ ਉਹ ਬੰਦ ਕਰਤਾ ਜੀ, ਬੰਦ ਕਰਕੇ ਇੱਧਰ ਦੀ ਟਰੈਕਟਰ ਲਿਆ ਏ ਇੱਧਰ ਵਾਹ ਕੇ ਬਣ, ਜਦੋਂ ਅਸੀਂ ਬੰਦੇ ਥੋੜ੍ਹੇ ਸੀਗੇ ਉੱਧਰੋਂ ਉਹਨਾਂ ਨੇ ਬੰਦ ਕਰਤਾ, ਬਾਹਰਲੇ ਆਉਣ ਨਹੀਂ ਦਿੱਤੇ, ਅੰਦਰੋਂ ਤਾਂ ਜਾਣੇ ਕਿਹੜੇ ਸੀ ਉਹਨੇ ਆਉਣ ਨਹੀਂ ਦਿੱਤੇ। ਫਿਰ ਇੱਧਰ ਸੀਗੇ, ਇੱਧਰ ਟਰੈਕਟਰ ਲਿਆਉਂਦੇ ਜੀ ਵਾਹਣ 'ਚ, ਵਾਹਣ 'ਚ ਟਰੈਕਟਰ ਲਿਆ ਕੇ ਉਹਨਾਂ ਨੇ ਫਿਰ ਅਸੀਂ ਰੋਕਿਆ ਬਹੁਤ। ਫਿਰ ਉੱਥੇ ਸਾਡੇ ਨਾਲ ਵੀ ਹੱਥੋਂ ਪਾਈ ਹੋਈ, ਸੱਟਾਂ ਵੀ ਮਾਰੀਆਂ ਸਾਡੇ। ਤੁਹਾਡੇ ਵੀ ਲੱਗੀਆਂ ਸੱਟਾਂ? ਹਾਂਜੀ। ਤੁਹਾਡੇ ਕੀ ਕਿਹੜੀ ਚੀਜ਼ ਵੱਜੀ, ਕਿੱਥੇ ਵੱਜੀ? ਸਾਡੇ ਆਹ ਪੈਰ 'ਤੇ ਵੱਜੀ, ਆਹ ਮੋਢੇ 'ਤੇ ਲੱਗੀ, ਅਤੇ ਆਹ ਕੁੜੀ ਸਾਡੀ
ਇਹਦਾ ਫੋਨ ਖੋ ਕੇ ਲੈ ਗਏ। ਅੱਛਾ ਤੁਸੀਂ ਸੀ ਭੈਣ ਜੀ ਜਦੋਂ ਵੀਡੀਓ ਦੇ ਵਿੱਚ ਤੁਹਾਡਾ ਫੋਨ ਖੋਲਿਆ ਜਾਂਦਾ? ਹਾਂਜੀ ਹਾਂ, ਮੇਰਾ ਫੋਨ ਖੋ ਕੇ ਲੈ ਕੇ ਗਏ ਜਦੋਂ ਦੇ ਜਗਿੰਦਰ ਕੋਲ ਜਿਹੜੇ ਐਸਜੀਪੀਸੀ ਮੈਂਬਰ ਆਏ ਉਹਨਾਂ ਦੇ, ਉੱਥੇ ਮੈਂ ਵੀਡੀਓ ਬਣਾ ਰਹੀ ਸੀਗੀ। ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਹੈਗੀ ਕਿਉਂਕਿ ਉਹ ਗੱਲ ਤੇ ਝੂਠ ਬੋਲ ਰਹੇ ਸੀ, ਜਿਸ ਕਾਰਨ ਕਿਉਂਕਿ ਉਹ ਪਹਿਲੇ ਗਲਤ ਸੀ, ਸਹੀ ਹੁੰਦੇ ਤਾਂ ਉਹ ਦੱਸ ਕੇ ਆਉਂਦੇ ਸਾਨੂੰ। ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਸੀ ਗੁਰੂ ਘਰ ਤੁਹਾਡਾ ਗੁਰੂ ਘਰ ਹੈ, ਇੱਥੇ ਵੀ ਕਿਹੜਾ ਕੋਈ ਹੋਰ ਰਹਿ ਰਿਹਾ ਹੈਗਾ, ਤੁਸੀਂ ਦੱਸ ਕੇ ਆਉਂਦੇ ਜੇ ਤੁਹਾਡੇ 'ਚ ਹਿੰਮਤ ਸੀ, ਸਾਨੂੰ 6 ਵਜੇ ਤੁਸੀਂ ਪਹਿਲਾਂ ਹੀ ਨੱਪ ਲਿਆ ਕੇ ਇਹੀ ਤਕਰਾਰ ਕਰਕੇ ਉਹ ਮੇਰਾ ਫੋਨ ਵੀ ਖੋ ਕੇ ਲਿਆ। ਜੇ ਤੁਸੀਂ ਕਾਨੂੰਨੀ ਤੌਰ ਤੇ ਤੁਸੀਂ ਸਹੀ ਹੋ ਫਿਰ ਉਹ ਕਹਿੰਦੇ ਸਾਡੇ ਕੋਲ ਆਹ ਫੈਸਲੇ ਆ ਫੈਸਲੇ। ਮੈਂ ਕਿਹਾ ਵੀ ਤੁਸੀਂ ਐਂ ਕਹਿ ਦਿਓ ਵੀ ਅਸੀਂ ਸਿੱਖ ਨਹੀਂ, ਤੁਸੀਂ ਸਿੱਖ ਹੋ ਇੱਥੇ ਪ੍ਰਕਾਸ਼, ਐਂ ਕਹਿ ਦਿਓ ਵੀ ਇੱਥੇ ਕੋਈ ਗਲਤੀ ਆ, ਕੋਈ ਮਰਜ਼ਾਦਾ ਨਹੀਂ, ਅਸੀਂ ਮੰਨ ਲਾਂਗੇ। ਤੁਹਾਡੇ ਕੋਲ ਕੋਰਟ ਦੇ ਆਰਡਰ ਸੀ, ਤੁਸੀਂ ਦੱਸ ਕੇ ਆਉਂਦੇ ਤੁਸੀਂ ਚੋਰਾ ਮੁੰਗ ਕਿਉਂ ਆਏ, ਕਿਉਂ ਕੁੰਡੇ ਲਾਏ, ਇਹੀ ਵਜ੍ਹਾ ਕਾਰਨ ਉਹਨੇ ਮੈਨੂੰ ਧੱਕੇ ਵੀ ਮਾਰੇ ਆ, ਮੇਰਾ ਫੋਨ ਵੀ ਖੋਇਆ, ਪਰ ਆਪਾਂ ਡਟੇ ਰਹੇ, ਆਪਾਂ ਅੰਦਰ ਨਹੀਂ ਹੋਏ। ਵੀਡੀਓ ਹੋਏਗੀ ਤੁਹਾਡੇ ਕੋਲ? ਹਾਂਜੀ ਸਾਡੇ ਕੋਲ ਵੀਡੀਓ ਹੈਗੀ ਹੈ। ਹਾਂਜੀ ਦੇਖ ਸਕਦੇ ਹਾਂ ਤੁਸੀਂ ਕਿ ਸਿੱਖੀ ਦੇ ਨਾਲੋਂ ਜ਼ਿਆਦਾ ਪਰੇ ਹੋਣਾ ਲੋਕਾਂ ਦਾ ਟੁੱਟਣਾ ਕਿਹੜਾ ਕਾਰਨ ਹੈ? ਜਿਹੜੇ ਲੋਕ ਦੂਸਰੇ ਧਰਮ ਨੂੰ ਬਲੇਮ ਦਿੰਦੇ, ਸਾਡੇ ਬਈ ਸਾਡੇ ਧਰਮ 'ਤੇ ਹਮਲਾ, ਆਪਣੇ ਧਰਮ ਵੱਲੋਂ ਖਿੱਚੀ ਜਾਂਦੇ ਆ, ਜਾਂ ਕਿਹੜਾ ਕਿਹੜਾ ਮਰਜ਼ੀ ਧਰਮ ਹੋਵੇ, ਪਰ ਜਿਹੜੇ ਧੱਕੇ ਹੋਣ ਦੇ ਕਾਰਨ ਹੀ ਸਿੱਖੀ ਨਾਲ ਟੁੱਟਣਾ। ਧੰਨਵਾਦ।